कनेडा दे एडमिंटन दे विच एक व्यक्ति ने अपने ही भांजे नूं गोली मार के मौत दे घाट उतार दिता। दसिया जा रहा है कि मृतक पिंड पठलां दा रहण वाला हरमनजोत सिंह सी, जिसकी के उम्र 19 साल दी सी ते 2 साल पहला ही पढ़ाई दे लई कनेडा अपनी मासी दे कोल गया सी, जिथे के मासी मासर दे विचाले कोई झगड़ा चल रहा सी ते इस झगड़े दे दौरान हरमनजोत ने अपनी मासी दा पक्ष लिया, जिस तों बाद मासर ने उसनूं गोली मार के जान तों मार दिता। ਇਹ ਦੱਸ ਦਈਏ ਕਿ ਹਰਮਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਸ ਤੋਂ ਬਾਅਦ ਹੁਣ ਉਸਦੇ ਮਾਪੇ ਭਾਰਤ ਸਰਕਾਰ ਤੋਂ ਹਰਮਨ ਦੇ ਕਾਤਲ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿਵਾਉਣ ਤੇ ਉਸਦੀ ਦੇਹ ਨੂੰ ਪਿੰਡ ਲਿਆਉਣ ਦੀ ਮੰਗ ਕਰ ਰਹੇ ਨੇ। ਸਾਨੂੰ ਵੀ ਜੀ ਰਾਤ ਨੂੰ 2 ਵਜੇ ਕਾਲ ਆਈ ਆ ਉਹਨਾਂ ਦੀ ਪੁਲਿਸ ਸਟੇਸ਼ਨ ਤੋਂ। ਠੀਕ ਹੈ ਜੀ। ਹਾਂ, ਉਹਨਾਂ ਨੇ ਸਾਰੀ ਗੱਲ ਡਾਇਰੈਕਟਰੀ ਕਨੇਡਾ ਤੋਂ ਆਈ ਸੀ। ਹਾਂ, ਕਨੇਡਾ। ਕੀ ਗੱਲ ਹੋਈ ਸੀ ਸਾਰੀ ਉਹਨਾਂ ਨੇ ਦੱਸਿਆ? ਗੱਲ ਉਹਨਾਂ ਨੇ ਕਲੀਅਰ ਨਹੀਂ ਕਰੀ ਵੀ, ਬਸ ਉਹਨਾਂ ਨੇ ਔਨ ਦੀ ਸਪੋਟ ਕਿਹਾ ਵੀ ਡੈਥ ਹੋ ਚੁੱਕੀ ਹੈ ਬੱਚੇ। डिपार्टमेंट वालों आए है, हॉस्पिटल वालों भी उन्होंने भी यही कहा कि कोई थोड़ा भी सैचरडे संडे ऑफ आ भी जानकारी होगी भी किस तरह उन्होंने मौत हुई, किसने ਕਿ ਸਭ ਕੁਛ ਕੀਤਾ। ਗੱਲ ਜਿੱਥੇ ਕੁ ਤੱਕ ਵੀ ਜੀ ਮੈਨੂੰ ਪਤਾ ਲੱਗਿਆ ਵੀ ਇਹ ਕੰਮ 'ਤੇ ਸੀਗਾ ਵੀ ਜੀ ਰਾਤ ਨੂੰ, ਅਤੇ ਕੰਮ ਤੋਂ ਇਹਨੂੰ 10:30 ਵਜੇ ਕਾਲ ਆਈ ਆ ਵੀ ਇਹਦੀ ਮਾਸੀ ਦੀ ਵੀ ਹੈਲਪ ਦੀ ਲੋੜ ਆ, ਹਰਮਨ ਤੇਰੀ ਹੈਲਪ ਦੀ ਲੋੜ ਆ। ਇਹਨੇ ਉਹਨਾਂ ਨੂੰ ਕਿਹਾ ਵੀ ਮੈਂ ਸਰ ਮੈਂ ਜਾਣਾ ਜੀ, ਉਹ ਕਹਿੰਦਾ ਵੀ ਚਲਾ ਜਾ ਵੀ ਚੱਲ ਖਾਣਾ ਖਾ ਜਾ ਤੂੰ ਹਰਮਨ, ਵੀ ਰਾਤ ਨੂੰ ਟਾਈਮ ਘਰ ਚਲਿਆ ਜਾਣਾ ਤਾਂ ਇਹਦੇ ਬਾਅਦ। ਕਹਿੰਦਾ ਨਹੀਂ ਜੀ, ਬਸ ਖਾਣਾ ਵੀ ਨਹੀਂ ਖਾਤਾ। ਉਹਨੇ ਮਤਲਬ ਫਰੈਂਡ ਦਾ ਫੋਨ ਆਇਆ, ਉਹਨੇ ਦੱਸੇ ਸਾਰੀ ਉਹਨਾਂ ਤੋਂ ਪੁੱਛ ਕੇ ਗੱਲ। ਕਹਿੰਦਾ ਵੀ ਚੱਲ ਪੈਕ ਕਰ ਦੇਣਾ। ਕਹਿੰਦਾ ਵੀ ਨਹੀਂ, ਪੈਕ ਵੀ ਨਹੀਂ, ਬਸ ਸਰ ਮੈਨੂੰ ਜਾਣ ਦਿਓ ਜੀ, ਬਸ ਉੱਥੋਂ ਚਲਾ ਗਿਆ ਜੀ। ਉਦੋਂ ਬਾਅਦ ਉਹਦੀ ਮਾਸੀ ਨੂੰ ਮਿਲਿਆ ਜੀ, ਉਹ ਉੱਥੋਂ ਲੈ ਕੇ ਵੀ ਮਾਸੀ ਨੂੰ ਦੱਸਿਆ ਹੋਣੀਆਂ ਗੱਲਾਂ ਵਾ ਤਾਂ ਲਿਆ ਸੀ ਜੀ, ਨਾ ਤਾਂ ਉਹਦੀ ਮਾਸੀ ਨਾਲ ਗੱਲ ਹੋਈ ਹੈ, ਹਰਮਨ ਨਾਲ ਤਾਂ ਹੋਣੀ ਕੀ ਗੱਲ ਹੈ ਵੈਸੇ। ਆਪਾਂ ਉਹ ਆਪਦੀ ਨਣਦ ਦੇ ਘਰ ਲੈ ਗਈ ਇਹਨੂੰ, ਬਸ ਉੱਥੇ ਤੱਕ ਰਾਤ ਰਹੇ ਨੇ ਇਕੱਠੇ। ਉੱਥੋਂ ਬਾਅਦ ਉੱਥੋਂ ਸਵੇਰੇ ਆਪਣੇ ਘਰ ਚੱਲੇ ਜਾਣ ਵੀ ਜਾਣਦੇ ਸੀਗੇ ਆਪਣੇ ਘਰ, ਉੱਥੇ ਜਾਂ ਤਾਂ ਵੀਡੀਓ ਕਾਲ ਕਰੀਏ ਜਾਂ ਇਹਨਾਂ ਨੇ ਕਾਲ ਕਰੀ ਆ ਆਪਣੇ ਬੱਚਿਆਂ ਨਾਲ ਵੀ ਆਪਦੀ ਮਾਸੀ ਨੇ। ਠੀਕ ਹੈ ਜੀ। ਅਤੇ ਇਹ ਦੋਨੇ ਗੱਡੀ ਸੀਗੇ, ਆਪਦੀ ਗੱਡੀ ਇਹਨੇ ਹਫ਼ਤਾ ਹੀ ਹੋਇਆ ਸੀ ਖਰੀਦੀ ਨੂੰ। ਠੀਕ ਹੈ ਜੀ। ਅਤੇ ਬਸ ਉਹ ਗੱਡੀ ਦੇ ਗੋਲੀਆਂ ਲੱਗੀਆਂ ਨੇ। ਠੀਕ ਹੈ। ਉਹ ਸਾਬਤ ਵੀ ਹੋ ਗਿਆ ਵੀ ਹਾਂ ਸਹੀ ਹੈ ਵੀ ਇਹ ਬੰਦੇ ਨੇ ਲਾਈਆਂ ਨੇ ਜਿਹਨੇ ਗੋਲੀ, ਉਹਦੀ ਗੱਡੀ ਵੀ ਕੋਲ ਹੀ ਖੜੀ ਆ, ਉਹੀ ਗੱਡੀ ਉਹਦੀ ਫੇਸਬੁੱਕ 'ਤੇ ਪਾਈ ਆਈ ਡੀ 'ਤੇ ਪਾਈ ਹੋਈ ਹੈ, ਉਹ ਗੱਡੀ ਕੋਲ ਵੀ ਆ। ਉੱਥੋਂ ਨਿਕਲ ਕੇ ਉਹਨਾਂ ਰਿਵਾਲਵਰ ਵੀ ਉਹਨਾਂ ਨੇ ਉੱਥੇ ਉਹ ਆਪਦੇ ਜਾਣੇ ਮਾਰ ਕੇ ਗਿਆ ਦੋਨਾਂ ਨੂੰ। ਕੌਣ ਕੌਣ ਲੱਗਦੇ ਸੀ ਰਿਸ਼ਤੇਦਾਰੀ 'ਚੋਂ ਬੱਚੇ ਦੇ? ਤੁਸੀਂ ਬੱਚੇ ਦੇ ਮਾਸਟਰ ਕਹਿ ਸਕਦੇ ਹਾਂ ਜੀ। ਠੀਕ ਹੈ ਜੀ। ਉਹਨਾਂ ਕੋਲ ਹੀ ਰਹਿੰਦਾ ਸੀ ਬੱਚਾ? ਬੱਚਾ ਨਹੀਂ ਜੀ, ਉਹ ਪਹਿਲੇ ਜਦੋਂ ਸਟਾਰਟਿੰਗ 'ਚ ਗਿਆ ਜਦੋਂ 18 'ਚ ਉਦੋਂ ਹਫ਼ਤਾ ਰਿਹਾ ਜੀ ਉਹਨਾਂ ਕੋਲ। ਉਦੋਂ ਬਾਅਦ ਉਹਨਾਂ ਨੇ ਅਲੱਗ ਕਮਰਾ ਲੈ ਕੇ ਰਹਿਣ ਲੱਗ ਗਿਆ ਜੀ, ਕਿਸੇ ਮੁੰਡੇ ਨਾਲ ਹੋਰ ਸ਼ੇਅਰ ਬੇਸਮੈਂਟ 'ਚ ਰਹਿੰਦਾ ਸੀਗਾ ਜੀ। ਹੋਰ ਕੀ ਮੰਗ ਕਰਦੇ ਸਰਕਾਰਾਂ ਤੋਂ? ਵੀ ਜੇ ਮੰਗ ਤਾਂ ਇੱਕ ਆਇਆ ਵੀ ਸਾਡਾ ਡੈਡ ਬੋਡੀ ਇੱਧਰ ਆ ਜਾਵੇ ਜੀ, ਉਹਦੀ ਦੂਜੀ ਬਸ ਜਿਹੜਾ ਦੋਸ਼ੀ ਆ ਬਸ ਉਹਨੂੰ ਇਨਸਾਫ਼ ਮਿਲਣਾ ਚਾਹੀਦਾ ਵੀ ਜੀ ਸਾਨੂੰ, ਬਸ ਹੋਰ ਕੋਈ ਗੱਲ ਨਹੀਂ।